ਸਤਿਕਾਰਯੋਗ ਪੰਜਾਬੀਓ, ਕੱਲ੍ਹ ਪੰਜਾਬ ਨੇ ਦੇਖਿਆ ਕਾਂਗਰਸ ਸਰਕਾਰ ਦੀ ਕਪਲੇਬਾਜ਼ੀ। ਦੇਸ਼ ਦਾ ਭਵਿੱਖ, ਨੌਜਵਾਨ ਵਿਦਿਆਰਥੀ ਉਹਨਾਂ ਦੇ ਹਿੱਸੇ ਦਾ ਜਿਹੜਾ ਕਰੋੜਾਂ ਰੁਪਈਆ ਆ, ਕਾਂਗਰਸ ਸਰਕਾਰ ਦੀ ਕੈਬਨਿਟ ਮੰਤਰੀ ਮਾਣਯੋਗ ਸਾਧੂ ਸਿੰਘ ਧਰਮਸੋਤ ਜੀ ਨੇ ਖਾ ਲਿਆ। ਔਰ ਪਟਿਆਲੇ ਦੇ ਮੋਤੀ ਮਹਿਲਾਂ ਦੇ ਨੱਕ ਦੇ ਹੇਠ ਪਟਿਆਲੇ ਔਰ ਨਾਭਾ ਵਿਧਾਨ ਸਭਾ, ਇਹਨਾਂ ਦੀਆਂ ਕੰਧਾਂ ਸਾਂਝੀਆਂ ਨੇ। ਅਸੀਂ ਦੇਖਿਆ ਜਿਹੜੀਆਂ ਕੰਧਾਂ ਸਾਂਝੀਆਂ ਨੇ, ਮੁੱਖ ਮੰਤਰੀ ਦਾ ਜ਼ਿਲ੍ਹਾ ਹੋਵੇ, ਮੁੱਖ ਮੰਤਰੀ ਦਾ ਕੈਬਨਿਟ ਮੰਤਰੀ ਹੋਵੇ, 303 ਕਰੋੜ ਰੁਪਈਆ ਕੇਂਦਰ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਜਾਰੀ ਕੀਤਾ। 303 ਕਰੋੜ ਰੁਪਈਆ ਇਸ ਸਾਲ ਦੇ ਵਿੱਚ ਵੰਡਿਆ ਜਾਣਾ ਸੀ। ਔਰ ਡਾਇਰੈਕਟਰ ਭਲਾਈ ਵਿਭਾਗ ਮਾਣਯੋਗ ਬਲਵਿੰਦਰ ਸਿੰਘ ਧਾਰੀਵਾਲ ਜੀ, ਜਿਹੜੇ ਉਸ ਵੇਲੇ ਮੌਜੂਦਾ ਸੀ ਔਰ ਅੱਜ ਕੱਲ੍ਹ ਮੌਜੂਦਾ ਫਗਵਾੜੇ ਤੋਂ MLA ਆ, ਔਰ ਉਹਨਾਂ ਤੋਂ ਬਾਅਦ ਉੱਥੋਂ ਦੇ ਡਿਪਟੀ ਡਾਇਰੈਕਟਰ ਸ੍ਰੀ ਪਰਮਿੰਦਰ ਸਿੰਘ ਗਿੱਲ, ਇਹਨਾਂ ਦੀ ਮਿਲੀ ਭੁਗਤ ਦੇ ਨਾਲ ਸਾਧੂ ਸਿੰਘ ਧਰਮਸੋਤ ਨੇ, ਜਿਹੜੇ ਕਿ ਕੈਬਨਿਟ ਮੰਤਰੀ ਪੰਜਾਬ ਹੈ, 303 ਕਰੋੜ ਰੁਪਈਆ ਆਪਣੇ 74 ਕਾਲਜਾਂ ਨੂੰ ਵੰਡਿਆ। ਉਹ ਕਾਲਜ, ਉਹ ਸਿੱਖਿਆ ਸੰਸਥਾਵਾਂ ਜਿਹੜੀਆਂ ਕਾਂਗਰਸੀ ਜਾਂ ਕਾਂਗਰਸ ਦੀ ਦਲਾਲਗਿਰੀ ਕਰਦੀਆਂ ਜਾਂ ਕਾਂਗਰਸ ਦੇ ਜਿਹੜੇ ਆਗੂ ਨੇ, ਇਹਨਾਂ ਕਾਲਜਾਂ ਸੰਸਥਾਵਾਂ ਦੇ ਮੁਖੀਆਂ ਨੂੰ ਡਰਾ ਧਮਕਾ ਕੇ ਆਪਣੇ ਹਿੱਸਾ ਪੱਤੀ ਲੈਂਦੇ ਨੇ। 303 ਕਰੋੜ ਰੁਪਈਆ ਪਿੱਕ ਐਂਡ ਚੂਜ ਪਾਲਿਸੀ ਕਰਕੇ, ਚੂਜ ਐਂਡ ਪਿੱਕ ਪਾਲਿਸੀ ਕਰਕੇ ਵੰਡਿਆ। 303 ਇਹਦੇ ਚ ਕੈਸ਼ ਬੁੱਕ ਇੱਕ ਹੁੰਦੀ ਆ, ਸਰਕਾਰੀ ਮਹਿਕਮੇ ਚ ਇੱਕ ਕੈਸ਼ ਬੁੱਕ ਹੁੰਦੀ ਆ। ਪੈਸਾ ਕਿੱਥੋਂ ਆਇਆ? ਕੈਸ਼ ਬੁੱਕ ਚ। ਪੈਸਾ ਕਿੱਥੇ ਜਾਣਾ? ਕੈਸ਼ ਬੁੱਕ ਚ। ਲੇਕਿਨ ਭਲਾਈ ਵਿਭਾਗ ਦੇ ਮੰਤਰੀ ਮਾਣਯੋਗ ਸਾਧੂ ਸਿੰਘ ਧਰਮਸੋਤ ਨੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਮਿਲ ਜੁਲ ਕੇ ਸੈਕੜੇ ਕੈਸ਼ ਬੁੱਕਾਂ ਲਾਈਆਂ, ਹਰੇਕ ਅਲੱਗ ਅਲੱਗ ਕਾਲਜ ਦੀ ਅਲੱਗ ਕੈਸ਼ ਬੁੱਕ ਬਣਾਈ, ਅਲੱਗ ਕੈਸ਼ ਬੁੱਕ ਲਾਈ, ਔਰ 39 ਕਰੋੜ ਰੁਪਈਆ, 303 ਕਰੋੜ ਦਾ ਜਦੋਂ ਆਡਿਟ ਹੋਇਆ, 39 ਕਰੋੜ ਰੁਪਏ ਦੀਆਂ ਫਾਈਲਾਂ ਗੁੰਮ ਹੈ। 39 ਕਾਲਜ ਜਿਉਂਦੇ ਆ ਕਾਗਜ਼ਾਂ ਵਿੱਚ, ਲੇਕਿਨ ਧਰਤੀ ਤੇ ਕਿਤੇ ਨਹੀਂ। ਜੇ ਧਰਤੀ ਤੇ ਹੈਗੇ ਤਾਂ ਫਾਈਲਾਂ ਕਿਤੇ ਨਹੀਂ। ਔਰ ਇਹ ਸਾਰਾ ਜਿਹੜਾ ਇਹਦਾ ਆਡਿਟ ਹੋਇਆ, ਭਲਾਈ ਵਿਭਾਗ ਦੇ ਮਾਣਯੋਗ ਸਕੱਤਰ ਸ਼੍ਰੀ ਕਿਰਪਾ ਸ਼ੰਕਰ ਸਰੋਜ ਜੀ, ਆਡਿਟ ਕਮੇਟੀ ਬਣੀ, ਪੈਸੇ ਕਿੱਥੋਂ ਆਏ, ਕਿੱਥੇ ਵੰਡੇ ਗਏ, ਆਡਿਟ ਕਮੇਟੀ ਬਣੀ। ਇਸ ਘਪਲੇ ਦੀ, ਇਸ ਭ੍ਰਿਸ਼ਟਾਚਾਰ ਦੀ ਇੱਕ ਉਦਾਹਰਣ ਹੈ, 8 ਕਰੋੜ ਰੁਪਈਆ ਇੱਕ ਕਾਲਜ ਵੱਲ ਨਿਕਲਦਾ ਸੀ, ਸਰਕਾਰ ਦਾ 8 ਕਰੋੜ ਰੁਪਈਆ ਇੱਕ ਕਾਲਜ ਵੱਲ ਨਿਕਲਦਾ ਸੀ, ਉਹਦੇ ਵੱਲ ਫਾਲਤੂ ਚਲਾ ਗਿਆ ਸੀ। ਹੋ ਸਕਦਾ ਉੱਥੇ ਵੀ ਘਪਲੇਬਾਜ਼ੀ ਹੋਵੇ, ਹੋ ਸਕਦਾ ਉੱਥੇ ਵੀ ਵਿਦਿਆਰਥੀਆਂ ਦੇ ਨਕਲੀ ਸਰਟੀਫਿਕੇਟ SC ਦੇ ਲਾ ਕੇ, BC ਦੇ ਲਾ ਕੇ, ਲੋਅ ਇਨਕਮ ਦੇ ਲਾ ਕੇ। ਆਡਿਟ ਇੱਕ ਟੀਮ ਨੇ 8 ਕਰੋੜ ਰੁਪਈਆ ਕੱਢਿਆ ਤੇ ਉਹ ਕਾਲਜ ਇਹ ਸਰਕਾਰ ਜਾਰੀ ਕਰੇ, ਨਸ਼ਰ ਕਰੇ, ਉਹ ਦੱਸੇ ਕਿਹੜਾ ਕਾਲਜ ਹੈ। ਉਹ ਕਾਲਜ ਦਾ ਜਿਹੜਾ ਮੁਖੀ ਆ ਉਹ ਧਰਮਸੋਤ ਕੋਲ ਗਿਆ, ਮੁੱਖ ਕੈਬਨਿਟ ਮੰਤਰੀ ਕੋਲ, ਔਰ ਮਾਣਯੋਗ ਕੈਬਨਿਟ ਮੰਤਰੀ ਨੇ ਉਹਦੇ ਨਾਲ ਫਿਰ ਹਿੱਸਾਪੱਤੀ ਕੀਤੀ ਔਰ ਇੱਕ ਹੋਰ ਆਡਿਟ ਟੀਮ ਬਣਾਤੀ। ਇੱਕ ਹੋਰ ਆਡਿਟ ਟੀਮ ਬਣਾ ਕੇ ਉਹਦੇ ਚ ਕੱਢਿਆ ਗਿਆ ਵੀ ਕੋਈ 8 ਕਰੋੜ ਨਹੀਂ ਦੇਣਾ, ਸਗੋਂ ਸਰਕਾਰ ਨੇ ਤੈਨੂੰ 16.9 ਕਰੋੜ ਰੁਪਈਆ ਦੇਣਾ, 16.90 ਕਰੋੜ ਦਾ ਹੋਰ ਉਹਨੂੰ ਖਾਤਾ ਦਿੱਤਾ ਗਿਆ, ਔਰ 24.9 ਕਰੋੜ ਰੁਪਈਆ ਉਹ ਇੱਕ ਕਾਲਜ ਨੂੰ ਮਾਣਯੋਗ ਧਰਮਸੋਤ ਜੀ ਨੇ ਦਿੱਤਾ। ਔਰ ਦੂਜਾ 39 ਕਰੋੜ ਰੁਪਈਆ ਜਿਹਦੀਆਂ ਫਾਈਲਾਂ ਨਹੀਂ ਲੱਭਦੀਆਂ, ਇਹ 63-64 ਕਰੋੜ ਰੁਪਏ ਦਾ ਜਿਹੜਾ ਸਿੱਧਾ ਹੀ ਘਟਾਲਾ ਆ, ਜਿਹੜਾ ਚੂਜ਼ ਐਂਡ ਪਿੱਕ ਦੇ ਮਾਧਿਅਮ ਤੋਂ ਹੋਇਆ। ਬਹੁਜਨ ਸਮਾਜ ਪਾਰਟੀ ਇਹਨੂੰ 64 ਕਰੋੜ ਦਾ ਘਪਲਾ ਨਹੀਂ ਮੰਨਦੀ, ਇਹਨੂੰ 303 ਕਰੋੜ ਰੁਪਏ ਦਾ ਘਪਲਾ ਮੰਨਦੀ ਆ। ਜਿਨ੍ਹਾਂ ਕਾਲਜਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡ ਜਾਰੀ ਕੀਤੇ ਗਏ ਉਹਨਾਂ ਦੀ ਵੀ ਲਿਸਟ ਜਨਤਕ ਕੀਤੀ ਜਾਵੇ। ਜਿਸ ਕਾਲਜ ਨੂੰ 24.9 ਕਰੋੜ ਰੁਪਈਆ ਦਿੱਤਾ ਉਹਦੀ ਵੀ ਜਨਤਕ, ਉਹਦਾ ਨਾਂ ਜਨਤਕ ਕੀਤਾ ਜਾਏ। ਜਿਹੜੀਆਂ 39 ਕਰੋੜ ਦੀਆਂ ਫਾਈਲਾਂ ਨਹੀਂ ਲੱਭਦੀਆਂ ਉਹ ਕਿਹੜੇ ਕਿਹੜੇ ਕਾਲਜ ਹੈ, ਉਹ ਵੀ ਨਾਂ ਜਨਤਕ ਕੀਤੇ ਜਾਣ। ਔਰ ਬਹੁਜਨ ਸਮਾਜ ਪਾਰਟੀ ਇਹ ਮੰਗ ਕਰਦੀ ਆ, ਕਾਂਗਰਸ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਦੇ ਵਿੱਚ ਗਲ ਗਲ ਡੁੱਬ ਚੁੱਕੀ ਆ, ਜਿਹੜੀ ਚਿੱਟੇ ਨਸ਼ੇ ਦੇ ਖਿਲਾਫ ਸੌਹਾਂ ਖਾਂਦੀ ਸੀ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ, ਜ਼ਹਿਰੀਲੀ ਸ਼ਰਾਬ ਵਿੱਚ ਕਾਂਗਰਸ ਦੇ MLA ਦੇ PA ਦਾ ਨਾਂ ਆਉਂਦਾ ਮਾਝੇ ਦੇ ਵਿੱਚ, ਬਲਾਚੌਰ ਦੇ MLA ਨੂੰ ਕੱਲ ਹਾਈਕੋਰਟ ਨੇ ਰੇਤੇ ਦੇ ਵਿੱਚ ਸ਼ਾਮਲ ਕਰ ਲਿਆ, ਰੇਤੇ ਵਿੱਚ ਕਾਂਗਰਸ,
शराब नशे विच कांग्रेस हुण जवानी जिहड़ी हुंदी आ नौजवान जिहड़े हुंदे आ उह देश दा भविख हुंदे आ उहदा भविख खतम करन विच भी कांग्रेस बहुजन समाज पार्टी कांग्रेस सरकार नूं इह कहना चाहुंदी आ पोस्ट मैट्रिक स्कीम लागू करो वरना कुर्सी खाली करो और असीं अल्टीमेटम दिंदे आ कांग्रेस सरकार नूं मुख्यमंत्री साहब नूं कि अपने जिहड़े कैबिनेट मंत्री आ साधु सिंह धर्मसोत जी इन्हां नूं तुरंत प्रभाव दे नाल बरखास्त किया जाए इहदे खिलाफ भ्रिष्टाचार दे परचे दर्ज होण एक नंबर दो नौजवान देश दा भविख है देश दा हित है और इहदे ते देश हित ले भी जिहड़े परचे आ देश हित वाले जिहड़े परचे आ जिहड़े पंजाब दे विच सिख नौजवानां ते कैप्टन साहब तुसीं करदे हो देश धरो दे उह परचा वी इहनां दे उत्ते दर्ज किया जाए नहीं तो बहुजन समाज पार्टी सड़क ते आउण दा प्रोग्राम लीक के लोकां नूं लामबंद करके मोती महलां नूं और विधानसभावां नूं घेरन दा प्रबंध करेगी। धन्यवाद।